ਕਵੋਟਾ ਦਾ 5502 55 HP ਦੇ ਵਿੱਚ 12+4 ਸਪੀਡਾਂ ਰਿਵਰਸ PTU ਡਿਊਲ ਕਲੱਚ ਹੈਗਾ। ਗੇਅਰ ਦੀ ਗੱਲ ਕਰੀਏ ਲੋ ਮੀਡੀਅਮ ਹਾਈ ਰਿਵਰਸ ਔਰ ਨਿਊਟਰਲ ਦਿੱਤਾ ਹੋਇਆ ਹੈ। ਇਹ ਪਹਿਲਾ ਦੂਜਾ ਤੀਜਾ ਚੌਥਾ ਗੇਅਰ ਹੈਗਾ ਹੈ। ਐਡਜਸਟੇਬਲ ਸੀਟ ਹੈਗੀ ਆ, ਵੈਰੀ ਕੰਫਰਟੇਬਲ, ਜਿਹੜੀ ਬਹੁਤ ਜ਼ਿਆਦਾ ਕੰਫਰਟੇਬਲ ਸੀਟ ਹੈ। ਪਿਛਲੇ ਹਿੱਸੇ ਦੀ ਗੱਲ ਕਰੀਏ ਤਾਂ ਪਿਛਲਾ ਹਿੱਸਾ ਵੀ ਕਾਫੀ ਸਟਰੋਂਗ ਦਿੱਤਾ ਹੈ ਕੰਪਨੀ ਨੇ। ਐਡਜਸਟੇਬਲ ਹਿੱਸਾ ਹੈਗਾ ਪਿਛਲਾ, ਇਹ ਦੇਖੋ। ਔਰ ਫੋਰ ਵੀਲ ਦੇ ਵਿੱਚ ਰਿਵਰਸ PTO ਫਸਟ ਟਾਈਮ ਦਿੱਤਾ ਹੈ, ਜਿਹੜਾ ਕਾਫੀ ਟਰੈਕਟਰਾਂ ਦੇ ਵਿੱਚ ਫੋਰ ਵੀਲ 'ਚ ਰਿਵਰਸ PTO ਨਹੀਂ ਆਉਂਦਾ, ਬਟ ਕਵੋਟਾ ਨੇ ਫੋਰ ਵੀਲ ਦੇ ਵਿੱਚ ਵੀ ਰਿਵਰਸ PTO ਦਿੱਤਾ ਹੋਇਆ ਹੈ।